हाँ जी, मेरे वालों सारे नो प्यार भरी सत श्री अकाल। अज असी बनावांगे मिल्क बादाम। ते आ मैं किलो दुध लिया, आ देखो। ते आ हुण मैं गैस चला लैन लगी। दुध आपां फुल क्रीम लैणा है। ਇਹ ਮੈਂ ਬਦਾਮ ਦੀਆਂ ਗਿਰੀਆਂ ਲਈਆਂ ਨੇ, 10-15 ਕੁ ਗਿਰੀਆਂ ਹੋਣਗੀਆਂ ਬਦਾਮਾਂ ਦੀਆਂ। ਰਾਤ ਮੈਂ ਭਿਉਂਤੇ ਸੀਗੇ ਤੇ ਹੁਣ ਮੈਂ ਇਹਨਾਂ ਨੂੰ ਛਿੱਲ ਲਵਾਂਗਾ। ਛਿੱਲ ਕੇ ਇਹਨਾਂ ਨੂੰ ਮੈਂ ਪੀਸ ਲੂੰਗੀ। ਦੇਖੋ ਦੁੱਧ ਨੂੰ ਉਬਾਲਾ ਆ ਗਿਆ, ਦੁੱਧ ਰਿੱਝ ਰਿਹਾ। ਤਾਂ ਇਹਨੂੰ ਹੁਣ 5 ਕੁ ਮਿੰਟ ਤੁਸੀਂ ਰਝਾ ਲਓ ਦੁੱਧ ਨੂੰ। ਆਹ ਥੋੜ੍ਹਾ ਜਿਹਾ ਮੈਂ ਇਲਾਚੀ ਪਾਊਡਰ ਪਾ ਦਿੰਦੀ ਹਾਂ ਇੰਨੀ ਕੁ ਚੁਟਕੀ ਕੁ। ਤੇ ਆਹ ਦੇਖੋ ਮੈਂ ਬਦਾਮ ਛਿੱਲ ਲਏ, ਇਹਨਾਂ ਨੂੰ ਹੁਣ ਮੈਂ ਪੀਸ ਲੈਣੀ ਆ। ਬਦਾਮਾਂ ਨੂੰ ਫਿਰ ਬਾਅਦ ਚ ਪਾਵਾਂਗੇ, 5 ਮਿੰਟ ਇਹਨਾਂ ਦੁੱਧ ਰਿੱਝ ਜਾਵੇ ਉਸ ਤੋਂ ਬਾਅਦ ਪਾਵਾਂਗੇ। ਆ ਦੇਖੋ ਬਦਾਮ ਪੀਸ ਲਏ, ਦੁੱਧ ਰਿੱਝ ਗਿਆ। 5 ਮਿੰਟ ਆ ਪਾ ਦਿਓ ਵਿੱਚ ਹੁਣ। ਹੁਣ ਰਿਝਾ ਲਓ, 2-3 ਮਿੰਟ ਹੋਏ। ਹੁਣ ਮਿੱਠਾ ਪਾ ਦਿੰਦੇ ਹਾਂ ਵਿੱਚ। ਪੰਜ ਚਮਚ ਮੈਂ ਚੀਨੀ ਪਾਤੀ, ਤੁਸੀਂ ਵੱਧ ਪਾਉਣਾ ਵੱਧ ਪਾ ਲਓ। ਮੈਂ 5 ਪਾਏ ਆ, ਕਿਲੋ ਦੁੱਧ ਸੀ। ਕਿਲੋ ਦੁੱਧ ਲਿਆ ਸੀਗਾ ਮੈਂ। ਹੁਣ ਰਿੱਝ ਜਾਣਗੇ, 2-3 ਮਿੰਟ ਹੋਰ ਬਾਲੀ ਦੇ ਲਓ ਇਹਨੂੰ। ਰਿਝਾ ਲਓ ਚੰਗੀ ਤਰ੍ਹਾਂ, ਫਿਰ ਕਸਟਰਡ ਪਾਵਾਂਗੀ। ਦੇਖੋ ਇੰਨਾ ਕੁ ਦੁੱਧ ਲਿਆ ਮੈਂ ਠੰਡਾ, ਇੰਨਾ ਕੁ ਦੁੱਧ ਰੱਖ ਲਿਆ ਸੀ, ਠੰਡਾ ਦੁੱਧ ਲਿਆ ਲਿਆ ਸੀ ਮੈਂ। ਇਹਦੇ ਵਿੱਚ ਹੁਣ 2 ਚਮਚੇ ਆ ਕਸਟਰਡ ਪਾ ਲੈਣੇ ਆ। ਭਰ ਕੇ ਪਾ ਲਓ 2 ਚਮਚ, ਇਹ ਠੰਡੇ ਦੁੱਧ ਚ ਘੋਲਣਾ। ਆ ਦੇਖੋ ਨਾਲੋ ਨਾਲ ਪਾਈ ਜਾਓ, ਏਦਾਂ ਨਾਲੋ ਨਾਲ ਹਿਲਾਈ ਜਾਓ। ਦੇਖੋ ਸੰਘਣਾ ਹੋ ਗਿਆ, ਬਸ ਉਬਾਲਾ ਥੋੜਾ ਹੀ ਦੇਣਾ ਇਹਨੂੰ, ਸੰਘਣਾ ਹੋ ਗਿਆ ਆਪਣਾ ਦੁੱਧ। ਥੋੜੇ ਜਿਹੇ ਮੈਂ ਕੱਟੇ ਹੋਏ ਬਦਾਮ ਤੇ ਪਿਸਤਾ ਦੇ ਕਾਜੂ ਕੱਟੇ ਹੋਏ ਨੇ, ਇਹ ਵਿੱਚ ਪਾ ਦਿਓ। ਬਣ ਗਿਆ ਮਿਲਕ ਬਦਾਮ, ਇਹਨੂੰ ਠੰਡਾ ਹੋ ਜਾਊਗਾ, ਫਿਰ ਫਰਿੱਜ ਚ ਰੱਖ ਦਾਂਗੇ 2-3 ਘੰਟਿਆਂ ਤੱਕ ਠੰਡਾ ਹੋ ਜਾਊਗਾ। ਆ ਲਓ ਜੀ, ਫਰਿੱਜ ਚੋਂ ਕੱਢ ਲਿਆ, ਤਾਂ ਠੰਡਾ ਹੋ ਗਿਆ ਸਾਡਾ ਮਿਲਕ ਬਦਾਮ ਤਿਆਰ ਹੋਊਗਾ। ਆ ਮੈਂ ਕੱਟ ਕੇ ਰੱਖੇ ਸੀ ਪਿਸਤਾ ਬਦਾਮ, ਇਹ ਉੱਪਰ ਪਾ ਲਓ ਰਾਨਿਸ਼ ਵਾਸਤੇ। ਦੇਖੋ ਬਣ ਕੇ ਤਿਆਰ, ਠੰਡਾ ਹੋ ਗਿਆ। ਹਾਂਜੀ, ਤੁਸੀਂ ਵੀ ਬਣਾਇਓ ਘਰੇ, ਬਣਾ ਕੇ ਦੇਖਿਓ। ਤੇ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ, ਲਾਈਕ ਤੇ ਕਮੈਂਟ ਕਰਿਆ ਕਰੋ, ਸਬਸਕ੍ਰਾਈਬ ਕਰਿਆ ਕਰੋ, ਸ਼ੇਅਰ ਕਰਿਆ ਕਰੋ। ਓਕੇ, ਬਾਏ, ਸਤਿ ਸ਼੍ਰੀ ਅਕਾਲ।